ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਅੱਜ ਦੀ ਵੀਡੀਓ ਵਿੱਚ ਅਪਾ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ ਗੱਲ ਕਰਾਂਗੇ ਦੋਸਤੋ ਇਹ ਵੀਡੀਓ ਤੁਹਾਡੇ ਵਾਸਤੇ ਹਰ ਐਗਜ਼ਾਮ ਵਿੱਚ ਕੰਮ ਆਉਣ ਵਾਲੀ ਹੈ ਤਾਂ ਕਰਕੇ ਇਸ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਐਂਡ ਰਾਈਟ ਡਾਊਨ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਜੇ ਤੁਸੀਂ ਸੈਲਫ ਸਟੱਡੀ ਭਾਰਤੀ ਸੰਵਿਧਾਨ ਦੇ ਰਿਗਾਰਡਿੰਗ ਕਰਨਾ ਚਾਹੋ ਤਾਂ ਐਗਜ਼ਾਮ ਵਿੱਚ ਆਪਣੇ ਤੋਂ ਤਿੰਨ ਟੌਪਿਕਾਂ ਵਿੱਚੋਂ ਜਿਹੜੇ ਭਾਰਤ ਸੰਵਿਧਾਨ ਰਿਲੇਟਡ ਕੁਐਸਚਨ ਪੁੱਛੇ ਜਾਂਦੇ ਨੇ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਭਾਰਤੀ ਸੰਵਿਧਾਨ ਦੇ ਆਰਟੀਕਲਸ ਬਾਰੇ ਉਸ ਤੋਂ ਬਾਅਦ ਪੁੱਛਿਆ ਜਾਂਦਾ ਭਾਰਤੀ ਸੰਵਿਧਾਨ ਦੇ ਪਾਰਟਸ ਬਾਰੇ ਕਿੰਨੇ ਭਾਗ ਨੇ ਉਸ ਤੋਂ ਬਾਅਦ ਪੁੱਛਿਆ ਜਾਂਦਾ ਭਾਰਤੀ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ ਇਹਨਾਂ ਸ਼ੈਡਿਊਲਸ ਬਾਰੇ ਤਾਂ ਅੱਜ ਵੀਡੀਓ ਵਿੱਚ ਆਪਾਂ ਭਾਰਤ ਸੰਵਿਧਾਨ ਦੀਆਂ ਅਨੁਸੂਚੀਆਂ ਕਿੰਨੀਆਂ ਨੇ ਇਸ ਰਿਗਾਰਡਿੰਗ ਕਿਹੜੇ ਕਿਹੜੇ ਕੁਐਸਚਨ ਆਪਾਂ ਨੂੰ ਇਸ ਵਿੱਚ ਮਿਲ ਸਕਦੇ ਨੇ ਇਹ ਸਾਰੇ ਕਵਰ ਕਰਾਂਗੇ ਉਸ ਤੋਂ ਬਾਅਦ ਜਿਵੇਂ ਹੀ ਇਹ ਆਪਣੀ ਵੀਡੀਓ ਕੰਪਲੀਟ ਹੁੰਦੀ ਹੈ ਤਾਂ ਨੈਕਸਟ ਵੀਡੀਓ ਵਿੱਚ ਆਪਾਂ ਪਾਰਟਸ ਬਾਰੇ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਆਰਟੀਕਲਸ ਬਾਰੇ ਗੱਲ ਕਰਾਂਗੇ ਹੁਣ ਤੁਸੀਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਕਿਉਂਕਿ ਆਪਾਂ ਅੱਜ ਦਾ ਜਿਹੜਾ ਆਪਣਾ ਚੈਪਟਰ ਆ ਉਹ ਸਟਾਰਟ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ ਦੀ ਅਨੁਸੂਚੀਆਂ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਦੋਸਤੋ ਤਾਂ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਭਾਰਤੀ ਸੰਵਿਧਾਨ ਜਿਹੜਾ ਉਹ 26 ਨਵੰਬਰ 1949 ਈਸਵੀ ਵਿੱਚ ਜਿਹੜਾ ਬਣ ਕੇ ਹੀ ਤਿਆਰ ਹੋ ਗਿਆ ਸੀ ਅਤੇ 26 ਨਵੰਬਰ 1950 ਈਸਵੀ ਵਿੱਚ ਲਾਗੂ ਹੋਇਆ ਸੀ ਸੋਰੀ 26 ਜਨਵਰੀ 1950 ਈਸਵੀ ਵਿੱਚ ਲਾਗੂ ਹੋਇਆ ਸੀ ਉਹਨਾਂ ਬੱਚੇ ਕਾਫੀ ਕਨਫਿਊਜ਼ ਹੋ ਜਾਂਦੇ ਐਨ ਦੋਸਤੋ ਇਹ ਐਗਜ਼ਾਮ ਵਿੱਚ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ ਇਸ ਵਿੱਚ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕੁਐਸਚਨ ਕਿਉਂ ਹੁੰਦਾ ਕਿ ਜਾਂ ਤਾਂ ਆਪਣੇ ਕੋਲ ਹੋਵੇਗਾ ਕੁਐਸਚਨ ਵਿੱਚ ਭਾਰਤੀ ਸੰਵਿਧਾਨ ਕਦੋਂ ਬਣ ਕੇ ਤਿਆਰ ਹੋਇਆ ਸੀ ਤਾਂ ਉਦੋਂ ਆਪਾਂ ਅਨਸਰ ਕੀ ਰੱਖਣਾ ਹੈ 26 ਨਵੰਬਰ 1949 ਜਾਂ ਐਗਜ਼ਾਮ ਵਿੱਚ ਆਪਣੇ ਤੋਂ ਕੁਐਸਚਨ ਪੁੱਛਿਆ ਜਾਂਦਾ ਹੈ ਸੰਵਿਧਾਨ ਲਾਗੂ ਕਦੋਂ ਕੀਤਾ ਗਿਆ ਸੀ ਤਾਂ ਇਹ ਆਪਾਂ 26 ਜਨਵਰੀ 1950 ਈਸਵੀ ਵਿੱਚ ਅਨਸਰ ਰੱਖਣਾ ਹੁਣ ਜਿਹੜਾ 26 ਜਨਵਰੀ 1950 ਨੂੰ ਜਿਹੜਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਉਸ ਵਿੱਚ ਕੀ ਸੀ ਦੋਸਤੋ 395 ਆਰਟੀਕਲ ਬਣਾਏ ਹੋਏ ਸੀ ਉਸ ਸੰਵਿਧਾਨ ਵਿੱਚ ਤੇ ਸੰਵਿਧਾਨ ਦੇ 22 ਪਾਰਟ ਸੀ ਯਾਨੀ ਭਾਗ ਸੀ ਤੇ 8 ਸ਼ੈਡਿਊਲ ਸੀ ਬਟ ਜਿਹੜਾ ਹੁਣ ਅਜੋਕਾ ਜਿਹੜਾ ਭਾਰਤੀ ਸੰਵਿਧਾਨ ਹੈ ਅੱਜ ਦੇ ਵਰਤਮਾਨ ਵਿੱਚ ਜਿਹੜਾ ਭਾਰਤੀ ਸੰਵਿਧਾਨ ਉਸ ਵਿੱਚ ਕੀ ਹੈ ਦੋਸਤੋ 448 ਜਿਹੜੇ ਆਰਟੀਕਲਸ ਨੇ ਇਨਕਰੀਜ਼ ਕਰ ਦਿੱਤੇ ਗਏ ਨੇ ਤੇ 25 ਦੇ ਭਾਗ ਬਣ ਚੁੱਕੇ ਨੇ ਅਤੇ 12 ਦੀ ਸ਼ੈਡਿਊਲ ਯਾਨੀ ਅਨੁਸੂਚੀਆਂ ਬਣ ਚੁੱਕੀਆਂ ਨੇ ਤੇ ਇਗਜ਼ਾਮ ਵਿੱਚ ਇਹ ਵੀ ਪੁੱਛਿਆ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਕਿੰਨੇ ਆਰਟੀਕਲ ਨੇ ਜਾਂ ਕਿੰਨੇ ਭਾਗ ਨੇ ਜਾਂ ਕਿੰਨੀਆਂ ਅਨੁਸੂਚੀਆਂ ਨੇ ਹੁਣ ਕੁਐਸਚਨ ਚੰਗੀ ਤਰ੍ਹਾਂ ਪੜ੍ਹੋ ਤੁਸੀਂ ਜੇ ਉੱਥੇ ਲਿਖਿਆ ਹੋਇਆ ਵਰਤਮਾਨ ਭਾਰਤੀ ਸੰਵਿਧਾਨ ਵਿੱਚ ਕਿੰਨੇ ਆਰਟੀਕਲ ਨੇ ਤਾਂ 448 ਜੇ ਜਸਟ ਪੁੱਛੋਇਆ ਹੈ ਕਿ ਭਾਰਤੀ ਸੰਵਿਧਾਨ ਦੇ ਕੁੱਲ ਕਿੰਨੇ ਆਰਟੀਕਲ ਨੇ ਤਾਂ ਤਾਨੂੰ ਯਾਦ ਹੋਣਾ ਚਾਹੀਦਾ ਕਿ 395 ਆਰਟੀਕਲ ਸੀ ਓਕੇ ਦੋਸਤੋ ਇਸੇ ਤਰ੍ਹਾਂ ਸ਼ੈਡਿਊਲ ਤੇ ਪਾਰਟਸ ਨੂੰ ਵੀ ਆਪਾਂ ਯਾਦ ਰੱਖਣਾ ਵਰਤਮਾਨ ਭਾਰਤੀ ਸੰਵਿਧਾਨ ਅਤੇ ਪੁਰਾਤਨ ਜਿਹੜਾ ਭਾਰਤੀ ਸੰਵਿਧਾਨ ਸੀ ਉਸ ਦੇ ਰਿਗਾਰਡਿੰਗ ਇਸ ਤੋਂ ਬਾਅਦ ਆਪਾਂ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ ਗੱਲ ਕਰ ਲੈਂਦੇ ਆ ਅਨੁਸੂਚੀ ਨੰਬਰ 1 ਕੀ ਕਹਿੰਦੀ ਹੈ ਦੋਸਤੋ ਰਾਜਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੂਚੀ ਮਤਲਬ ਭਾਰਤੀ ਸੰਵਿਧਾਨ ਵਿੱਚ ਇੱਕ ਅਲੱਗ ਸੈਕਸ਼ਨ ਬਣਾਇਆ ਗਿਆ ਹੈ ਬੁੱਕ ਦਾ ਮਤਲਬ ਕਿ ਸੰਵਿਧਾਨ ਦੇ ਇੱਕ ਸੈਕਸ਼ਨ ਹੈ ਜਿਸ ਵਿੱਚ ਸਾਰੀਆਂ ਅਨੁਸੂਚੀਆਂ ਬਾਰੇ ਲਿਖਿਆ ਗਿਆ ਮਤਲਬ ਕਿ ਕਿਹੜਾ ਸਟੇਟ ਅਤੇ ਯੂਨੀਅਨ ਟੈਰੀਟਰੀ ਇਸ ਸੂਚੀ ਵਿੱਚ ਉਹਨਾਂ ਨੇ ਮਤਲਬ ਕਿ ਜਿਹੜੇ ਵੀ ਆਪਣੇ ਭਾਰਤ ਵਿੱਚ ਰਾਜ ਨੇ ਸਟੇਟਸ ਨੇ ਐਂਡ ਯੂਨੀਅਨ ਟੈਰੀਟਰੀਆਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਨਾਮ ਹੈ ਜਿਹੜੇ ਕਿ ਅਨੁਸੂਚੀ ਨੰਬਰ 1 ਵਿੱਚ ਲਿਖਿਆ ਹੋਇਆ ਹੈ ਕਿ ਇਹ ਰਾਜ ਇਹ ਸਟੇਟ ਭਾਰਤ ਦੇ ਦਾਇਰੇ ਵਿੱਚ ਆਉਂਦਾ ਹੈ ਓਕੇ ਦੋਸਤੋ ਯਾਦ ਰੱਖਿਓ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਪਰ ਪਰ ਕੇ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਕਿ ਅਨੁਸੂਚੀ ਨੰਬਰ 1 ਵਿੱਚ ਕੀ ਦਰਸਾਇਆ ਗਿਆ ਹੈ ਜਾਂ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਕਿਹੜੀ ਅਨੁਸੂਚੀ ਵਿੱਚ ਇਨਕਲੂਡ ਕੀਤੀ ਹੋਈ ਹੈ। ਅਨੇਕ ਗੱਲ ਹੋਰ ਦੋਸਤੋ ਜੇ ਤੁਸੀਂ ਭਾਰਤ ਸੰਵਿਧਾਨ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਇਨ ਪੰਜਾਬੀ ਵਿੱਚ ਸਿਰਫ 44 ਰੁਪਏ ਵਿੱਚ ਬਾਈ ਕਰਨਾ ਚਾਹੁੰਦੇ ਹੋ ਤਾਂ ਇਹ ਹੀ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ। ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਈ ਕਰ ਸਕਦੇ ਹੋ ਸਿਰਫ 44 ਰੁਪਏ ਵਿੱਚ। ਤੇ ਹੁਣ ਆਪਾਂ ਗੱਲ ਕਰ ਲਈਨੇ ਅਨੁਸੂਚੀ ਨੰਬਰ 2 ਤਾ ਅਨੁਸੂਚੀ ਨੰਬਰ 2 ਕੀ ਕਹਿੰਦੀ ਹੈ ਦੋਸਤੋ ਦੋ ਆਪਾਂ ਨੂੰ ਕੀ ਇੰਡੀਕੇਟ ਕਰਦੀ ਹੈ ਰਾਸ਼ਟਰਪਤੀ ਸੁਪਰੀਮ ਕੋਰਟ ਅਤੇ ਜੱਜ ਸੁਪਰੀਮ ਕੋਰਟ ਦੇ ਜੱਜ ਤੇ ਸਰਕਾਰ ਦੀਆਂ ਤਨਖਾਹਾਂ ਮਤਲਬ ਓਵਰঅল ਆਪਾਂ ਨਿਚੋੜ ਕੱਢਿਆ ਅਨੁਸੂਚੀ ਨੰਬਰ 2 ਹੈ ਜਿਹੜੇ ਵੀ ਆਪਣੇ ਸਰਕਾਰੀ ਅਧਿਕਾਰੀ ਨੇ ਮਤਲਬ ਕੀ ਉੱਚ ਅਧਿਕਾਰੀ ਨੇ ਸਰਕਾਰ ਦੇ ਉਹਨਾਂ ਦੀ ਸੈਲਰੀ ਬਾਰੇ ਯਾਨੀ ਵੇਤਨ ਬਾਰੇ ਦੱਸਿਆ ਹੋਇਆ ਹੈ ਕਿ ਇਸ ਰਾਸ਼ਟਰਪਤੀ ਨੂੰ ਇੰਨੀ ਮਿਲੇਗੀ ਸੁਪਰੀਮ ਕੋਰਟ ਦੇ ਜੱਜ ਨੂੰ ਇੰਨੀ ਤਨਖਾਹ ਮਿਲੇਗੀ ਅਧ ਸਰਕਾਰ ਦੇ ਮੈਂਬਰਾਂ ਨੂੰ ਜਿਹੜੀ ਐਨੀ ਤਨਖਾਹ ਮਿਲੇਗੀ ਇਸ ਸਬੰਧ ਆਪਾਂ ਗੱਲ ਕਰੀਏ ਅਨੁਸੂਚੀ ਨੰਬਰ 3 ਦੀ ਅਨੁਸੂਚੀ ਨੰਬਰ 3 ਕੀ ਕਹਿੰਦੀ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਜਨ ਆਦਿ ਮਤਲਬ ਜਿਹੜੇ ਵੀ ਉਤਰ ਹੋ ਆਪਣੇ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਉਹਨਾਂ ਦੀ ਸ਼ਪਤ ਬਾਰੇ ਜਦੋਂ ਉਹ ਆਪਣਾ ਪਦ ਗ੍ਰਹਿਣ ਕਰਦੇ ਨੇ ਤਾਂ ਉਹ ਉਹਨਾਂ ਦੀ ਸ਼ਪਤ ਬਾਰੇ ਡਿਟੇਲਿੰਗ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੀ ਸ਼ਪਤ ਲੈਣਗੇ ਇਹ ਵਾਰਦੂ ਸ਼ਪਤ ਵਿੱਚ ਇਹ ਬੋਲਣੀਆਂ ਤਾਂ ਰਾਸ਼ਟਰਪਤੀ ਹੋਵੇ ਜਿਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਮੁੱਖ ਜਨ ਹੋਵੇ ਤੇ ਉੱਚ ਅਧਿਕਾਰੀ ਜਿਹੜੇ ਵੀ ਨੇ ਮਤਲਬ ਉਪ ਰਾਸ਼ਟਰਪਤੀ ਨੇ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਦੀ ਵੀ ਸਫਤ ਬਾਰੇ ਜੋ ਵੀ ਕਸਮ ਲੈਂਦੇ ਹੁੰਦੇ ਨੇ ਜਦੋਂ ਪਦ ਗ੍ਰਹਿਣ ਕਰਦੇ ਨੇ ਆਪਣੀ ਜਿਹੜੇ ਵੀ ਪੋਸਟ ਤੇ ਉਹ ਵਿਰਾਜ਼ਮਾਨ ਹੁੰਦੇ ਨੇ ਉਸ ਬਾਰੇ ਅਨੁਸੂਚੀ ਨੰਬਰ 3 ਵਿੱਚ ਦੱਸਿਆ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਅਨੁਸੂਚੀ ਨੰਬਰ 4 ਵਿੱਚ ਅਨੁਸੂਚੀ ਨੰਬਰ 4 ਕੀ ਕਹਿੰਦੀ ਹੈ ਦੋਸਤੋ ਰਾਜ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸੀਟਾਂ ਦੀ ਵੰਡ ਬਾਰੇ ਅਨੁਸੂਚੀ ਨੰਬਰ 4 ਵਿੱਚ ਦੱਸਿਆ ਗਿਆ ਹੈ ਮਤਲਬ ਜਿਹੜੇ ਵੀ ਸਟੇਟ ਨੇ ਆਪਣੇ ਭਾਰਤ ਦੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਵਿੱਚ ਰਾਜ ਸਭਾ ਦੀਆਂ ਸੀਟਾਂ ਕਿੰਨੀਆਂ-ਕਿੰਨੀਆਂ ਹੋਣਗੀਆਂ ਇਸ ਬਾਰੇ ਜਿਹੜਾ ਕੀ ਵਿਚਾਰ ਹੈ ਜਿਹੜਾ ਅਨੁਸੂਚੀ ਨੰਬਰ 4 ਵਿੱਚ ਲਿਖਿਆ ਹੋਇਆ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਨੁਸੂਚੀ ਨੰਬਰ 5 ਦੀ ਜਿਹੜੇ ਅਨੁਸੂਚਿਤ ਖੇਤਰ ਨੇ ਜਿਵੇਂ ਸ਼ੈਡਿਊਲ ਕਾਸਟ ਏਰੀਏ ਨੇ ਸ਼ੈਡਿਊਲ ਏਰੀਏ ਨੇ ਜਾਂ ਟ੍ਰਾਈਬਸ ਏਰੀਏ ਨੇ ਕਬੀਲੇ ਨੇ ਅਨਾ ਉਹਨਾਂ ਦਾ ਕੰਟਰੋਲ ਕਿਵੇਂ ਕਰਨਾ ਤੇ ਉਹਨਾਂ ਤੇ ਪ੍ਰਸ਼ਾਸਨ ਕਿਵੇਂ ਕਰਨਾ ਇਸ ਬਾਰੇ ਅਨੁਸੂਚੀ ਨੰਬਰ 5 ਵਿੱਚ ਲਿਖਿਆ ਹੋਇਆ ਹੈ ਇਸ ਤੋਂ ਵਧ ਗਿਆ ਲਗਾਇਆ ਅਨੁਸੂਚੀ ਨੰਬਰ 6 ਦੀ ਅਨੁਸੂਚੀ ਨੰਬਰ 6 ਕੀ ਕਹਿੰਦੀ ਦੋਸਤੋ ਅਸਾਮ ਮੇਘਾਲਿਆ ਤ੍ਰਿਪੁਰਾ ਅਤੇ ਮਿਜ਼ੋਰਮ ਰਾਜਾਂ ਵਿੱਚ ਕਬੀਲੇ ਵਾਲੇ ਖੇਤਰ ਨੇ ਜਿਹੜੇ ਉਹਨਾਂ ਦਾ ਪ੍ਰਸ਼ਾਸਨ ਕਿਵੇਂ ਤੈਅ ਕਰਨਾ ਇਸ ਬਾਰੇ ਸਿਰਫ ਇਹਨਾਂ ਚਾਰ ਜਿਹੜੇ ਆਪਣੀ ਸਟੇਟ ਨੇ ਅਸਾਮ ਮੇਘਾਲਿਆ ਤ੍ਰਿਪੁਰਾ ਤੇ ਮਿਜ਼ੋਰਮ ਇਨ ਚਾਰ ਸਟੇਟਾਂ ਬਾਰੇ ਸਟੇਟਾਂ ਦੇ ਜਿਹੜਾ ਸ਼ੈਡਿਊਲ ਟ੍ਰਾਈਬ ਏਰੀਆ ਨੇ ਉਹਨਾਂ ਦੇ ਪ੍ਰਸ਼ਾਸਨ ਬਾਰੇ ਅਨੁਸੂਚੀ ਨੰਬਰ 6 ਵਿੱਚ ਲਿਖਿਆ ਹੋਇਆ ਹੈ। ਤਾਂ ਦੋਸਤੋ ਇਹ ਐਗਜ਼ਾਮ ਵਿੱਚ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਜਾਂ ਤਾਂ ਆਪਣੇ ਤੋਂ ਐਗਜ਼ਾਮ ਵਿੱਚ ਪੁੱਛਿਆ ਜਾਵੇਗਾ ਕਿ ਇਹ ਅਨੁਸੂਚੀ ਨੰਬਰ 6 ਵਿੱਚ ਕਿਹੜੇ ਚਾਰ ਰਾਜਾਂ ਨੂੰ ਇਨਕਲੂਡ ਕੀਤਾ ਗਿਆ ਤਾਂ ਯਾਦ ਰੱਖਿਓ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਜਾਂ ਆਪਣੇ ਤੋਂ ਪੁੱਛਿਆ ਜਾਵੇਗਾ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਰਾਜਾ ਦੇ ਕਬੀਲੇ ਖੇਤਰ ਦੇ ਪ੍ਰਸ਼ਾਸਨ ਦਾ ਕਿਹੜੀ ਅਨੁਸੂਚੀ ਵਿੱਚ ਨਿਰਧਾਰਨ ਕੀਤਾ ਗਿਆ ਤੇ ਯਾਦ ਰੱਖਿਆ ਅਨੁਸੂਚੀ ਨੰਬਰ 6 ਵਿੱਚ ਕੁਝ ਇਸ ਤੋਂ ਬਾਅਦ ਅਨੁਸੂਚੀ ਨੰਬਰ 7 ਦੀ ਗੱਲ ਕਰੀਏ ਉਹਨਾਂ ਅਨੁਸੂਚੀ ਨੰਬਰ 7 ਕੀ ਕਹਿੰਦੀ ਹੈ ਦੋਸਤੋ ਸੰਘੀ ਸੂਚੀ ਰਾਜ ਸੂਚੀ ਸੰਵਰਤੀ ਸੂਚੀ ਦੀ ਮਦਦ ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਅਧਿਕਾਰ ਨਾਲ ਸੰਬੰਧਿਤ ਹੈ ਇਹ ਮਤਲਬ ਸਟੇਟ ਅਤੇ ਯੂਨੀਅਨ ਟੈਰੀਟਰੀ ਨੇ ਜਿਹੜੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਅਧਿਕਾਰ ਕਿਹੜੇ-ਕਿਹੜੇ ਨੇ ਇਹ ਡਿਫਾਈਨ ਕਰਦੀ ਹੈ ਅਨੁਸੂਚੀ ਨੰਬਰ 7 ਕਿਹਦੀ ਮਦਦ ਨਾਲ ਕਰਦੀ ਹੈ ਸੰਗੀ ਸੂਚੀ ਦੀ ਮਦਦ ਨਾਲ ਕਰਦੀ ਹੈ ਰਾਜ ਸੂਚੀ ਤੇ ਸੰਵਰਤੇ ਦੀ ਸੂਚੀ ਦੀ ਮਦਦ ਨਾਲ ਅਨੁਸੂਚੀ ਨੰਬਰ 7 ਕੀ ਦੱਸਦੀ ਹੈ ਕਿ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿਹੜੇ-ਕਿਹੜੇ ਅਧਿਕਾਰ ਨੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਅਨੁਸੂਚੀ ਨੰਬਰ 8 ਤੇ ਐਗਜ਼ਾਮ ਵਿੱਚ ਇਹ ਵੀ ਇੱਕ ਪੁਆਇੰਟ ਕਾਫੀ ਵਾਰ ਪੁੱਛਿਆ ਜਾਂਦਾ ਹੈ ਕਿ ਆ ਭਾਰਤ ਵਿੱਚ ਕਿੰਨੀ 22 ਆਫ ਮਤਲਬ ਕਿ ਕਿੰਨੀ ਲੈਂਗੁਏਜ ਨੇ ਆਫੀਸ਼ੀਅਲੀ ਕਿੰਨੀ ਲੈਂਗੁਏਜ ਨੇ ਮਤਲਬ ਕਿ ਅਧਿਕਾਰਿਤ ਭਾਸ਼ਾਵਾਂ ਕਿੰਨੀਆਂ ਨੇ ਤਾਂ ਯਾਦ ਰੱਖਿਓ 22 ਹੈ ਤੇ ਇਹਨਾਂ ਆਫੀਸ਼ੀਅਲੀ ਲੈਂਗੁਏਜਸ ਬਾਰੇ ਅਨੁਸੂਚੀ ਨੰਬਰ 8 ਵਿੱਚ ਮੈਂਸ਼ਨ ਕੀਤਾ ਗਿਆ ਹੈ ਇਸ ਵਾਰ ਆਪਾਂ ਗੱਲ ਕਰੀਏ ਅਨੁਸੂਚੀ ਨੰਬਰ 9 ਦੀ ਅਨੁਸੂਚੀ ਨੰਬਰ 9 ਕੀ ਹੈ ਭੂਮੀ ਸੁਧਾਰ ਅਤੇ ਜ਼ਿਮੀਦਾਰੀ ਪ੍ਰਣਾਲੇ ਨੂੰ ਖਤਮ ਕਰਨ ਬਾਰੇ ਡਿਟੇਲਿੰਗ ਦਿੱਤੀ ਗਈ ਹੈ ਅਨੁਸੂਚੀ ਨੰਬਰ 9 ਵਿੱਚ ਐਂਡ ਹੁਣ ਆਪਾਂ ਗੱਲ ਕਰ ਲਈਏ ਅਨੁਸੂਚੀ ਨੰਬਰ 10 ਦੀ ਕਿਹੜੇ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਨੇ ਉਹ ਕਈ ਵਾਰ ਦਲ ਬਦਲ ਲੈਂਦੇ ਨੇ ਮਤਲਬ ਕਿ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਜਾਂਦੇ ਨੇ ਤਾਂ ਇਸ ਰਿਗਾਰਡਿੰਗ ਕਾਨੂੰਨ ਜਿਹੜਾ ਦਲ ਬਦਲ ਲਈ ਦੇ ਰਿਗਾਰਡਿੰਗ ਕਾਨੂੰਨ ਅਨੁਸੂਚੀ ਨੰਬਰ 10 ਵਿੱਚ ਦਰਸਾਏ ਗਏ ਨੇ ਕਿ ਕਿਹੜੇ ਕਾਰਨਾਂ ਕਰਕੇ ਜਾਂ ਕਿਹੜੇ ਕਾਨੂੰਨ ਦੀ ਮਦਦ ਨਾਲ ਇਹ ਮੈਂਬਰ ਨੇ ਜਿਹੜੇ ਇਹ ਦਲ ਬਦਲ ਸਕਦੇ ਨੇ ਇਸ ਤੋਂ ਬਾਅਦ ਗੱਲ ਕਰੀਏ ਅਨੁਸੂਚੀ ਨੰਬਰ 11 ਵਿੱਚ ਪੰਚਾਇਤਾਂ ਪੜਤ ਦੇ ਪੰਚਾਇਤਾਂ ਬਾਰੇ ਇਹ ਦੱਸਿਆ ਗਿਆ ਕਿ ਪੰਚਾਇਤ ਦਾ ਗਠਨ ਕਿਵੇਂ ਹੋਵੇਗਾ ਕੌਣ ਇਸ ਦਾ ਗਠਨ ਕਰੇਗਾ ਤੇ ਅਨੁਸੂਚੀ ਨੰਬਰ 12 ਵਿੱਚ ਜਿਹੜੀ ਨਗਰਪਾਲਿਕਾਵਾਂ ਆ ਜਾਂ ਯਾਨੀ ਆਪਣੀ ਮਨਸੀ ਪਾਰਟੀਆਂ ਹੋਰ ਇਹ ਅਨੁਸੂਚੀ ਨੰਬਰ 12 ਵਿੱਚ ਜ਼ਿਕਰ ਕੀਤਾ ਹੋਇਆ। ਪਰ ਦੋਸਤੋ ਸਭ ਤੋਂ ਹੁਣ ਇੱਕ ਗੱਲ ਸਮਝ ਲਓ ਪਹਿਲਾਂ ਆਪਣੀ ਸੀ 8 ਅਨੁਸੂਚੀਆਂ ਸੀ। ਇੱਥੇ ਤੱਕ ਆਪਣੇ 22 ਆਫੀਸ਼ੀਅਲੀ ਲੈਂਗੁਏਜਸ ਤੱਕ ਸੀ। ਇਸ ਤੋਂ ਬਾਅਦ ਨੌਵੀਂ ਸੂਚੀ ਐਡ ਕੀਤੀ ਗਈ। ਇਸ ਤੋਂ ਬਾਅਦ 10ਵੀਂ ਸੂਚੀ ਐਡ ਕੀਤੀ ਗਈ। ਨਵੀਂ ਇਹ। ਇਸ ਤੋਂ ਬਾਅਦ 11ਵੀਂ ਅਤੇ 12ਵੀਂ ਇਹ ਚਾਰ ਨਵੀਆਂ ਸੂਚੀਆਂ ਇਸ ਵਿੱਚ ਐਡ ਕੀਤੀਆਂ ਜਾਣੀ। ਅਗੇ ਦੋਸਤੋ ਜੇ ਵੀਡੀਓ ਬੈਨੀਫੀਸ਼ੀਅਲ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਸ ਰਿਗਾਰਡਿੰਗ ਨੈਕਸਟ ਪਾਰਟ ਆਪਾਂ ਛੇਤੀ ਹੀ ਤੁਹਾਨੂੰ ਆਪਣੇ ਚੈਨਲ ਤੇ ਪ੍ਰੋਵਾਈਡ ਕਰਵਾ ਦੇਵਾਂਗਾ